ਅਸਲਾਮ ਅਲੈਕੁਮ ਬੇਟੀਓ ਬਹਿਨੋ, ਉਮੀਦ ਆ ਤੁਸੀਂ ਖਰੀਅਤ ਨਾ ਹੋਵੋਂਗੀਆਂ। ਈਦ ਗੁਜ਼ਰੀ ਨੂੰ ਤਾਂ ਕਾਫੀ ਦਿਨ ਹੋ ਗਏ, ਟਾਈਮ ਨਹੀਂ ਲੱਗਿਆ। ਹੁਣ ਮੈਂ ਆਪਣੀ ਬੇਟੀ ਨੂੰ ਮਿਲਣ ਚੱਲੀ ਹਾਂ, ਈਦ ਮਿਲਣ। ਮੁਲਤਾਨ ਦਾ ਮੌਸਮ ਵੀ ਉੱਪਰ ਨੀਚੇ ਹੋ ਰਿਹਾ ਵਾ, ਦਿਨ ਨੂੰ ਬੜੀ ਗਰਮੀ ਹੁੰਦੀ ਹੈ, ਰਾਤ ਨੂੰ ਬੱਦਲ ਆ ਜਾਂਦੇ ਆ। ਅੱਲਾਹ ਤਾਲਾ ਕਰਮ ਕਰੇ, ਬਾਰਿਸ਼ਾਂ ਤੋਂ ਬਚਾਵੇ ਰੱਬ। ਜ਼ਿਮੀਦਾਰਾਂ ਨੂੰ ਨੁਕਸਾਨ ਬਹੁਤ ਹੋਣਾ ਵਾ ਫਸਲਾਂ ਨੂੰ। ਬਾਰਿਸ਼ਾਂ ਹੋਣ, ਬਸ ਰਹਿਮਤ ਦੀਆਂ ਹੋਣ। ਅੱਲਾਹ ਤਾਲਾ ਸਭ ਨੂੰ ਆਪਣੇ ਹਿਫਜ਼ੋ ਮਾਨ 'ਚ ਰੱਖੇ। ਇੱਕ ਮਾਂ ਵਾਹਦ ਰਿਸ਼ਤਾ ਵਾ ਜਿਹੜੀ ਆਪਣੀ ਬੜੀ ਚਾਹਤ ਨਾਲ ਆਪਣੀ ਬੇਟੀ ਨੂੰ ਮਿਲਣ ਜਾਂਦੀ ਹੈ। ਲਓ ਜੀ, ਪਹੁੰਚ ਗਈ ਹਾਂ ਬੇਟੀ ਦੇ ਘਰ। ਆਹ ਮੇਰੀ ਬੇਟੀ ਨੇ ਰੰਗ ਬਿਰੰਗੇ ਹੇਅਰ ਸਟਾਈਲ ਵਾਲੀਆਂ ਮੁਰਗੀਆਂ ਰੱਖੀਆਂ ਹੋਈਆਂ। ਜਦੋਂ ਅਸੀਂ ਗਏ, ਬੜੀ ਗਰਮ ਜੋਸ਼ੀ ਨਾਲ ਇਹਨਾਂ ਨੇ ਸਾਡਾ ਇਸਤਕਬਾਲ ਕੀਤਾ। ਫਿਰ ਬੇਟੀ ਦੇ ਬਾਗ ਬਗੀਚੇ ਜਿਹੜੇ ਲੱਗੇ ਉਹਨਾਂ ਦਾ ਵਿਜ਼ਿਟ ਕੀਤਾ। ਹਟ ਮਟਰ ਜਿਹੜੇ ਆ ਕਾਮਯਾਬ ਹੋ ਗਏ, ਗਮਲਿਆਂ 'ਚ ਲਗਾਏ ਆ। ਮੇਰੀ ਬੇਟੀ ਦੇ ਗਾਰਡਨ 'ਚ ਸ਼ਤੂਤ ਦਾ ਦਰਖਤ ਆ ਬਹੁਤ ਵੱਡਾ। ਸ਼ਤੂਤ ਦੇਖ ਕੇ ਮੇਰੇ ਮੂੰਹ 'ਚ ਵੀ ਪਾਣੀ ਆ ਗਿਆ। ਫਿਰ ਮੈਂ ਬੱਚਿਆਂ ਨੂੰ ਲਾਇਆ ਜਿਨ੍ਹਾਂ ਦੇ ਲੰਮੇ ਲੰਮੇ ਹੱਥ ਸੀਗੇ। ਮੈਂ ਕਿਹਾ ਸਤੂਤ ਤੋੜੋ ਤਾਂ ਮੈਨੂੰ ਵੀ ਖਿਲਾਓ। ਬੜੀ ਮਿਹਨਤ ਤੋਂ ਬਾਅਦ ਫਿਰ ਮੈਨੂੰ ਸਤੂਤ ਪੇਸ਼ ਕੀਤੇ ਗਏ। ਫਿਰ ਮੈਂ ਬੜੇ ਮਜ਼ੇ ਲੈ ਕੇ ਖਾਧੇ। ਫਿਰ ਮਾਂ ਬੇਟੀ ਨੇ ਅਸੀਂ ਆਪਣੇ ਦੁੱਖ ਸੁੱਖ ਕੀਤੇ। ਫਿਰ ਉਹ ਆਪਣੇ ਕੱਪੜੇ ਲੈ ਆਈ, ਆਪਣੀ ਬੇਟੀਆਂ ਦੇ ਲੈ ਆਈ, ਡਿਜ਼ਾਇਨਿੰਗ ਕਰਨ ਵਾਲੇ ਕੱਪੜੇ ਲੈ ਆਈ। ਫਿਰ ਉਹ ਡਿਜ਼ਾਇਨਿੰਗ ਵਾਲੇ ਕੱਪੜੇ ਦੇਖੇ। ਫਿਰ ਬੱਚਿਆਂ ਨੇ ਚਾਹ ਦਾ ਇੰਤਜ਼ਾਮ ਕੀਤਾ, ਜੋ ਬੱਚੇ ਅੱਜ ਕੱਲ੍ਹ ਅੱਲ੍ਹ ਪੱਲ੍ਹ ਪਸੰਦ ਕਰਦੇ, ਸਮੋਸੇ, ਰੋਲ, ਚਿਪਸ, ਜੋ ਜੋ ਚੀਜ਼ਾਂ। ਫਿਰ ਗੱਲਾਂ ਬਾਤਾਂ ਕੀਤੀਆਂ ਮਾਂ ਬੇਟੀ ਨੇ, ਆਪਣੇ ਆਪਣੇ ਦਿਲ ਹਲਕੇ ਕੀਤੇ, ਜਿਹੜੇ ਬੋਝ ਸੀ ਭਰੇ ਦਿਲਾਂ 'ਚ ਗੱਲਾਂ ਦੇ। ਫਿਰ ਗਰਮ ਗਰਮ ਚਾਹ ਪੀਤੀ। ਬੱਚਿਆਂ ਨੇ ਮਾਂ ਨੂੰ ਗੱਲਾਂ 'ਚ ਲਾਇਆ, ਅਤੇ ਗੱਲਾਂ 'ਚ ਲਾ ਕੇ ਤਾਂ ਆਪਣਾ ਜੋ ਗੰਦ ਬਲਾ, ਜੋ ਪਾਪੜ ਛਾਪੜ, ਜੋ ਚੀਜ਼ਾਂ, ਚਿਪਸ, ਜੋ ਜਾਨ ਦੇ ਧੱਕੇ, ਮਸਾਲਿਆਂ ਵਾਲੇ, ਜੋ ਚੀਜ਼ਾਂ ਇਕੱਠੀਆਂ ਕਰਕੇ ਸਾਨੂੰ ਗੱਲਾਂ 'ਚ ਲਾ ਕੇ ਆਪਣਾ ਸਾਰਾ ਸਮਾਨ ਇਕੱਠਾ ਕਰਕੇ ਬੈਠ ਗਏ। ਫਿਰ ਅਸੀਂ ਉਹਨਾਂ ਦਾ ਸਮਾਨ ਦੇਖਿਆ, ਸਾਨੂੰ ਚੜ੍ਹ ਗਈ ਤੱਪ। ਫਿਰ ਉਹਨਾਂ ਨੇ ਸਾਡੇ ਕੋਲੋਂ ਆਪਣੀ ਖਾਤਰ ਕਰਾਈ। ਸ਼ਾਮ ਦਾ ਟਾਈਮ ਹੋ ਗਿਆ, ਮੌਸਮ ਵੀ ਠੰਡਾ ਹੋ ਗਿਆ। ਫਿਰ ਅਸੀਂ ਬਾਹਰ ਨਿਕਲੇ, ਫਿਰ ਹਲਕੀ ਫੁਲਕੀ ਵਾਕ ਕੀਤੀ। ਵਾਕ ਕਰਦੇ ਕਰਦੇ ਫਿਰ ਪੇਟ ਪੂਜਾ ਦੀਆਂ ਗੱਲਾਂ ਕਰਨ ਲੱਗ ਗਏ ਕਿ ਪੇਟ ਪੂਜਾ ਹੋਰ ਹੋਣੀ ਚਾਹੀਦੀ ਹੈ। ਫਿਰ ਅਸੀਂ ਖਾਧੇ ਗਰਮ ਗਰਮ ਪਰੌਂਠੇ ਅਚਾਰ ਦੇ ਨਾਲ, ਬੜਾ ਮਜ਼ਾ ਆਇਆ। ਮਿਲ ਬੈਠਣ ਦਾ ਵੀ ਮਜ਼ਾ ਫਿਰ ਹੀ ਆਉਂਦਾ ਨਾ, ਕਿ ਜਦੋਂ ਆਪਣੇ ਅਖਲਾਕ ਵਾਲੇ ਹੋਣ, ਮਿਲਣ ਵਾਲੇ ਹੋਣ, ਕੁਛ ਅਖਲਾਕੀ ਨਾ ਮਿਲਣ। ਫਿਰ ਮਾਂ ਜਾਵੇ ਬੇਟੀ ਦੇ ਘਰ ਤੋਂ ਕੋਈ ਸੁਗਾਤ ਨਾ ਲੈ ਕੇ ਆਵੇ, ਬਸ। ਫਿਰ ਅਸੀਂ ਮੇਰੇ ਪੌਦੇ ਮਨ ਪਸੰਦ ਆ, ਫਿਰ ਅਸੀਂ ਪੌਦੇ ਪੂਦੇ ਇਕੱਠੇ ਕੀਤੇ।
ਕਰਦੇ ਕਰਾਉਂਦੇ ਫਿਰ ਅਸੀਂ ਘਰ ਵਾਪਸ ਆ ਗਏ। ਘਰ ਆ ਕੇ ਉਹੀ ਡਿਊਟੀਆਂ, ਕਿਚਨ 'ਚ ਵੜ ਜਾਓ ਜੀ, ਬਰਤਨ ਧੋ ਲਓ ਜੀ, ਖਾਣਾ ਦੇ ਦਿਓ ਸਾਨੂੰ ਘਰ ਵਾਲੇ ਜਿਹੜੇ ਰਹਿੰਦੇ ਸੀ ਘਰ, ਫਿਰ ਮੇਜ਼ ਨੂੰ ਖਾਣਾ ਪਾ ਦਿਓ। ਚਲੋ ਇਹ ਮਾਮਲੇ ਤਾਂ ਚੱਲਦੇ ਹੀ ਰਹਿੰਦੇ। ਆਪਣਾ ਬਹੁਤ ਸਾਰਾ ਖਿਆਲ ਰੱਖਿਓ, ਦੁਆਵਾਂ ਯਾਦ ਰੱਖਿਓ, ਵੀਡੀਓ ਨੂੰ ਲਾਈਕ ਕਰਿਓ, ਸ਼ੇਅਰ ਕਰਿਓ, ਸਬਸਕ੍ਰਾਈਬ ਕਰਿਓ, ਅੰਮੀ ਦਾ ਮਾਣ ਵੀ ਰੱਖ ਲਈਓ। ਅੱਛਾ, ਖੁਦਾ ਹਾਫਿਜ਼।